अजिहा की होया कि तुहाडे अपने साथी उन्हां दे रुख बदल गए, हाई कमांड का नज़रिया बदल गया? ये मुख्यमंत्री बनने की गल सी, सारे बनना चाहते से, तो उतों शुरू हो के इत्थे पहुँच के गल आ कितों आया है ये सिद्धू? एक तीन बार तो उतों एम पी रहा, उधरों उन्होंने कटता, उन्होंने लड़ाई होगी, उस तो पहला उस तो बाद अकालिया लड़ाई होगी, मजिठे नाल होगी, बादलों नाल होगी, ये तो किसी नाल भी बना के रख सकता। मेरे मैंने तो 7 महीने मेरे नाल ही लड़िया, 7वें महीने लड़ पाया, तो ठीक है, कोई गल नहीं, इन्हों भी लड़ पूंगा। ਤੁਸੀਂ ਖੁਦ ਮੈਦਾਨ 'ਚ ਉਤਰੋਗੇ? ਨਹੀਂ ਨਹੀਂ, ਐਂ ਨਹੀਂ, ਮੈਂ ਇਹਦੇ ਖਿਲਾਫ਼ ਲੜਨਾ, ਬਾਂਦਰ ਜੇ ਦੇ ਸਾਹਮਣੇ ਕੌਣ ਉੱਥੇ ਜਾ ਕੇ ਮੈਂ ਉਹਦੇ ਨਾਲ ਲੜਾਈ ਲੈਣੀ ਹੈ, ਬਟ ਆਈ ਵਿਲ ਔਰਗਨਾਈਜ਼, ਉਹਦੇ ਖਿਲਾਫ਼ ਜਾਵਾਂਗੇ ਅਸੀਂ, ਹੁਣ ਉਹਨੂੰ ਵੀ ਜਿੱਤ ਨਹੀਂ ਦੇਣਾ ਸੀ। ਜਦੋਂ ਸਰਕਾਰ ਬਣੀ ਸਭ ਕੁਝ ਠੀਕ ਚੱਲ ਰਿਹਾ ਸੀ, ਤੁਹਾਨੂੰ ਨਹੀਂ ਲੱਗਦਾ ਨਵਜੋਤ ਸਿੰਘ ਸਿੱਧੂ ਕਾਂਗਰਸ ਸ਼ਾਮਿਲ ਹੋਏ, ਉਸ ਤੋਂ ਬਾਅਦ ਇਹ ਸਾਰਾ ਬਖੇੜਾ ਖੜਾ ਹੋਇਆ? ਨਹੀਂ, ਨਵਜੋਤ ਸਿੱਧੂ ਤਾਂ ਆਇਆ ਸੀ ਅਸੈਂਬਲੀ ਤੋਂ ਪਹਿਲਾਂ, ਅਸੈਂਬਲੀ ਦੇ ਉਹਨੇ ਸੀਟ ਲੜੀ, ਮੇਰੇ ਕੈਬਨਿਟ ਦਾ ਮੈਂਬਰ ਰਿਹਾ, ਮੈਨੂੰ ਉਹਨੂੰ ਹਟਾਉਣਾ ਪਿਆ ਕਿਉਂਕਿ 7 ਮਹੀਨੇ ਉੱਥੇ ਰਿਹਾ ਔਰ ਉਹਦੀ ਕੋਈ ਫਾਈਲ ਹੀ ਨਹੀਂ ਮੂਵ ਕਰਦੀ ਸੀ, ਉਹਨੂੰ ਪਤਾ ਹੀ ਨਹੀਂ ਸੀ ਕਿ ਕੈਸੇ ਚਲਾਉਣਾ, ਔਰ ਤਾਂ ਹੀ ਮੈਂ ਉਹਨੂੰ ਇੰਨਾ ਅਪੋਜ਼ ਕਰ ਰਿਹਾ ਹੁਣ ਕਿ ਇਹਦੇ 'ਚ ਜਦੋਂ ਤੁਸੀਂ ਇੱਕ ਮਿਨਿਸਟਰੀ ਨਹੀਂ ਚਲਾ ਸਕਦੇ, ਸਾਰਾ ਪੰਜਾਬ ਕੈਸੇ ਚਲਾਓਗੇ ਤੁਸੀਂ? ਤੁਹਾਡੇ 'ਤੇ ਹਮੇਸ਼ਾ ਇਹ ਦੋਸ਼ ਲੱਗਦੇ ਰਹੇ ਆ, ਤੁਹਾਡੇ ਆਪਣੇ ਵੀ ਅਤੇ ਵਿਰੋਧੀ ਵੀ, ਕਿ ਬਾਦਲ ਪਰਿਵਾਰ ਨਾਲ ਰਲੇ ਹੋਏ ਨੇ, ਕਿੱਥੇ ਸੱਚਾਈ ਹੈ, ਕੀ ਪਰਦੇ ਦੇ ਵਿੱਚ? ਮੈਂ ਸੁਖਬੀਰ ਬਾਦਲ ਨੂੰ ਮੈਂ 10 ਸਾਲ 4 ਸਾਲ 'ਚ ਇੱਕ ਵਾਰ ਵੀ ਮਿਲਿਆ, ਇੱਕ ਵਾਰ ਵੀ ਟੈਲੀਫੋਨ ਦੀ ਗੱਲ ਹੋਈ ਹੈ ਮੇਰੀ। ਹੋਮ ਮਿਨਿਸਟਰ ਨੂੰ ਮੈਂ ਮਿਲਿਆ ਕਈ ਵਾਰ, ਪ੍ਰਾਈਮ ਮਿਨਿਸਟਰ ਮੈਂ ਮਿਲਿਆ ਕਈ ਵਾਰ, ਦਿੱਲੀ ਦੇ ਵਿੱਚ ਜਿਹੜੇ ਮਿਨਿਸਟਰਸ ਹੋਰ ਨੇ, ਹੈਲਥ ਮਿਨਿਸਟਰ ਹੈ, ਫੂਡ ਮਿਨਿਸਟਰ ਹੈ, ਐਗਰੀਕਲਚਰ ਮਿਨਿਸਟਰ ਹੈ, ਇੰਡਸਟਰੀਜ਼ ਮਿਨਿਸਟਰ ਹੈ, ਸਾਰਿਆਂ ਨੂੰ ਮੈਂ ਮਿਲਿਆ, ਅਦਰਵਾਈਜ਼ ਮੇਰਾ ਪੰਜਾਬ ਕੈਸੇ ਚੱਲੂਗਾ? ਸਿਕਿਉਰਿਟੀ ਮਾਈ ਕੰਟਰੀ ਮੀਨਸ ਮਿਸਟਰ ਸਿੱਧੂ, ਜੋ ਬਾਜਵਾ, ਜਨਰਲ ਬਾਜਵਾ ਦਾ ਦੋਸਤ ਹੈ ਔਰ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦਾ ਦੋਸਤ ਹੈ, ਕੈਨ ਯੂ ਵੀ ਕੈਨ ਵੀ ਫੀਲ ਸਿਕਿਓਰ ਇਨ ਇਸ ਹੈਂਡਸ? ਜਿੱਥੇ ਤਾਈਂ ਪ੍ਰਤਾਪ ਇੱਥੇ ਹੈ, ਇੱਕ ਮਿਨਿਸਟਰੀ ਨਹੀਂ ਚਲਾ ਸਕਿਆ, ਆਈ ਟੂ ਰਿਮੂਵ ਹਿਮ, ਇਕੱਲਾ ਮਿਨਿਸਟਰ ਹੈ ਜਿਹੜਾ ਮੈਂ ਰਿਮੂਵ ਕੀਤਾ ਆਪਣੀ ਕੈਬਨਿਟ 'ਚੋਂ, ਸਾਰਾ ਪੰਜਾਬ ਚਲਾ ਲੂੰਗਾ। ਜਿਹੜਾ ਵਰਕਰ ਆ ਉਹ ਮਾਯੂਸ ਹੈ, ਮਿਲਦੇ ਨਹੀਂ ਕੈਪਟਨ ਸਾਹਿਬ, ਵਿਧਾਇਕਾਂ ਨੂੰ ਨਹੀਂ ਮਿਲਦੇ? ਇਹ ਮੈਂ 52 ਸਾਲ ਤੋਂ ਦੇਖ ਰਿਹਾ, 52 ਸਾਲ ਹੋ ਗਏ ਮੈਨੂੰ ਸਿਆਸਤ 'ਚ, ਇਹ ਕੈਸੇ ਹੋ ਸਕਦਾ ਫਿਰ 52 ਸਾਲ ਤੋਂ? ਮੈਂ ਇਹੀ ਗੱਲ ਸੁਣਾ, ਔਰ 2 ਵਾਰ ਪਾਰਲੀਮੈਂਟ ਜਿੱਤਣਾ, 1 ਵਾਰ ਮੈਂ ਉੱਥੇ ਵੀ ਹਰਾਤਾ, ਜੇਟਲੀ ਨੂੰ ਵੀ ਹਰਾਤਾ, ਔਰ 7 ਵਾਰ ਮੈਂ ਅਸੈਂਬਲੀ 'ਚ ਆ ਗਿਆ, ਫਿਰ ਮੈਨੂੰ ਕਿਉਂ ਪਾਉਂਦੇ ਨੇ ਵੋਟ ਬਈ? ਇਹ ਤਾਂ ਤੁਸੀਂ ਆਪਣੇ ਆਪ ਨੂੰ ਪੁੱਛੋ, ਕਹਿਣਾ ਤਾਂ ਬੜਾ ਆਸਾਨ ਹੁੰਦਾ, ਪੁੱਛ ਲਓ ਫਿਰ ਮੈਂ ਕਿਉਂ ਜਿੱਤਦਾ ਰਿਹਾ। ਕੈਪਟਨ ਸਾਹਿਬ, ਤੁਹਾਡੀ ਸਰਕਾਰ ਸੀ, ਕਾਫੀ ਵੱਡੇ ਮੁੱਦੇ ਚਰਚਾ 'ਚ ਰਹੇ, ਬੇਅਦਬੀ ਦਾ ਮਾਮਲਾ, ਬਰਗਾੜੀ, ਬਹਿਬਲ ਕਲਾਂ ਗੋਲੀਕਾਂਡ, ਕੀ ਕਾਰਨ ਰਿਹਾ ਕਿ ਇਹ ਹੱਲ ਨਹੀਂ ਹੋ ਸਕੇ? ਤੁਹਾਡੇ ਆਪਣੇ ਜਿਹੜੇ ਹਿੰਦੁਸਤਾਨ ਦਾ ਕਾਨੂੰਨ ਹੀ ਇਹੀ ਜਿਹਾ, ਅਨਫੋਰਚੁਨੇਟ ਗੱਲ ਹੈ, ਸਾਰਾ ਤੁਹਾਡਾ ਕੋਟ ਕਪੂਰਾ, ਬਹਿਬਲ ਕਲਾਂ, ਬਰਗਾੜੀ, ਜਵਾਹਰ ਕੇ, ਸਭ ਕੁਛ, ਸਾਰੀ SIT ਲੱਗੀਆਂ ਨੇ, ਅੱਜ 19 ਪੁਲਿਸ ਵਾਲਿਆਂ ਨੂੰ ਤਾਂ ਅਸੀਂ ਅੰਦਰ ਕਰ ਦਿੱਤਾ ਸੀ, ਹੁਣ ਕੋਰਟ ਦੇ ਵਿੱਚ ਨਿਕਲੇ ਹੋਏ ਨੇ ਬੇਲ ਦੇ ਉੱਪਰ, ਪ੍ਰਾਈਵੇਟ ਬੰਦੇ 24 ਬੰਦੇ ਅਸੀਂ ਫੜੇ ਹੋਏ ਸੀ, ਉਹ ਵੀ ਬੇਲ ਦੇ ਉੱਪਰ ਆਏ ਨੇ, ਹੁਣ ਅਗਰ ਕਾਨੂੰਨ ਇਹਨਾਂ ਨੂੰ ਛੱਡ ਦਿੰਦਾ ਤਾਂ ਮੈਂ ਕੀ ਕਰ ਸਕਦਾ? ਮੈਂ ਜਾ ਕੇ ਫੜ ਤਾਂ ਨਹੀਂ ਸਕਦਾ, ਇਹ ਰੋਜ਼ ਇਹਨਾਂ ਦੀ ਇਹ ਹੁੰਦੀ ਸੀ ਮੰਗ ਕਿ ਫੜੋ ਜੀ ਉੱਥੇ ਜਾ ਕੇ ਬਾਦਲਾਂ ਨੂੰ, ਫੜੋ ਜੀ ਜਾ ਕੇ ਮਜੀਠੇ ਨੂੰ, ਤਾਂ ਹੁਣ ਫੜ ਲੈਣ। ਚੰਨੀ ਐਜ਼ ਏ ਮੁੱਖ ਮੰਤਰੀ ਬਣ ਚੁੱਕੇ, ਇਹਨਾਂ ਨੂੰ ਸਪੋਰਟ ਕਰੋਗੇ ਕਾਂਗਰਸ 'ਚ ਰਹਿ ਕੇ? ਅਫਕੋਰਸ ਮੈਂ ਸਪੋਰਟ ਕਰੂੰਗਾ, ਜਦੋਂ ਤਾਈਂ ਇਹ ਮਿਸਟਰ ਸਿੱਧੂ ਅਗਰ ਲਿਆਉਣਗੇ ਤਾਂ ਮੈਂ ਅਪੋਜ਼ ਕਰੂੰਗਾ, ਮੈਂ ਤਾਂ ਕਹਿ ਚੁੱਕਿਆ ਕਿ ਅਗਰ ਸਿੱਧੂ ਨੂੰ ਫੇਸ ਬਣਾਓਗੇ ਇਲੈਕਸ਼ਨ ਦਾ, ਆਈ ਵਿਲ ਅਪੋਜ਼ ਹਿਮ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ JIT TV, ਮੈਂ ਵਿਕਰਮਜੀਤ ਸਿੰਘ ਮਾਨ, ਅੱਜ ਅਸੀਂ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਪੰਜਾਬ ਅਤੇ ਦੇਸ਼ ਦੀ ਸਿਆਸਤ ਦੇ ਦਿੱਗਜ ਨੇਤਾ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ। ਕੈਪਟਨ ਸਾਹਿਬ, ਤੁਹਾਡਾ ਸਵਾਗਤ ਹੈ। ਮਿਹਰਬਾਨੀ। ਕੈਪਟਨ ਸਾਹਿਬ, ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਦੌਰ ਸੀ ਜਦੋਂ ਘਰ ਘਰ ਮੋਦੀ ਅਤੇ ਹਰ ਹਰ ਮੋਦੀ ਦੇ ਨਾਮ 'ਤੇ ਹਰ ਸੂਬੇ 'ਚ ਭਾਜਪਾ ਸਰਕਾਰ ਬਣਾ ਰਹੀ ਸੀ, ਕਾਂਗਰਸ ਹਾਸ਼ੀਏ 'ਤੇ ਸੀ, ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਨੂੰ ਲੈ ਕੇ ਪੰਜਾਬ ਦੇ ਵਿੱਚ ਵਾਪਸੀ ਹੋਈ, 4.5 ਸਾਲ ਤੁਸੀਂ ਸਰਕਾਰ ਵੀ ਚਲਾਈ, ਅਜਿਹਾ ਕੀ ਹੋਇਆ ਕਿ ਤੁਹਾਡੇ ਆਪਣੇ ਸਾਥੀ ਉਹਨਾਂ ਦੇ ਰੁੱਖ ਬਦਲ ਗਏ, ਹਾਈਕਮਾਂਡ ਦਾ ਨਜ਼ਰੀਆ ਬਦਲ ਗਿਆ? ਨਹੀਂ, ਰੁੱਖ ਨਹੀਂ ਬਦਲੇ, ਐਂਬੀਸ਼ਨ ਬਦਲਾ ਦਿੰਦੀ ਹੈ। ਜਿਹੜੇ ਕੁਛ ਬੰਦੇ ਬਦਲ ਗਏ ਸੀ, ਉਹ ਚਾਰ
मिनिस्टर पहना वो सारे अपने आप नू चीफ मिनिस्टर मटीरियल समझते से, तो उन्होंने जाके अपना जो कुछ किया करता शुरुआत उतों ही है ना कि मुख्यमंत्री बनने की गल सी, सारे बनना चाहते से तो उतों शुरू होके इतने पहुँच की गल, फिर बंदियां नू जोड़ना, झूठ बोलना, गलत गल्लां कहनियाँ, जोड़न वास्ते तो बड़ा आसान होंदा। जदों सरकार बनी सब कुछ ठीक चल रहा सी, तुहानू नहीं लगता नवजोत सिंह सिद्धू कांग्रेस शामिल होए उस तो बाद ये सारा बखेड़ा खड़ा होया? नहीं, नवजोत सिद्धू तो आया सी असैम्बली तो पहला, असैम्बली दे उन्हें सीट लड़ी, मेरे कैबिनेट का मैंबर रहा, मैंने उन्होंने हटाना पिया क्योंकि 7 महीने उत्थे रहा और उन्हें कोई फाइल ही नहीं मूव कर दी सी, उन्होंने पता ही नहीं सी कि कैसे चलाना है, और ता ही मैं उन्होंने इन्ना अपोज कर रहा हूँ कि ये जदों तुम एक मिनिस्ट्री नहीं चला सकते सारा पंजाब कैसे चलाओगे सी, एंड दैट आई थिंक इज अ कंप्लीट मिसटेक ऑन द पार्ट ऑफ आर लीडरशिप। इनू नहीं आना जिते तक चन्नी नू नहीं आना, चन्नी इज ए केपेबल बॉय, इत्थे मेरा मिनिस्टर रहा है 4.5 साल, ये कोल है वो कपैसिटी ऑफ वर्क, ही इज़ एजुकेटेड, इन्हें PhD उन्हें की अपनी, उस तो अलावा ये रहा है मेरा मिनिस्टर ऑफ टेक्निकल एजुकेशन एंड कल्चरल अफेयर्स वगैरह, सो इज डन अ गुड जॉब, वो हो सकता है, पर बंदा दूजा था बिल्कुल ही कुछ नहीं है। चन्नी एज ए मुख्यमंत्री बन चुके, उन्होंने सपोर्ट करोगे कांग्रेस रह के? ऑफकोर्स मैं सपोर्ट करूँगा, जदों ताई ये मिस्टर सिद्धू अगर लियाउणगे तां मैं अपोज करूँगा, मैं तो कह चुके हैं कि अगर सिद्धू नू फेस बनाओगे इलेक्शन आई विल अपोज हिम। अज ही एक ऑर्डर सरकार वालों जारी होया कि PRTC दीआं बसां तों कैप्टन अमरिंदर सिंह दीआं फोटोआं ला के चरणजीत सिंह चन्नी दीआं लाइयां जाण, कि ये विकास की गल हो रही है कि इस तरह का कैसा बदलाव हो रहा है? माइनर चीज़ा होंगे, आई डोंट वरी अबाउट दीज थिंग्स, मैं तो किसी को कहा नहीं बस से लगाने अगर उतारती हैं तो मेरे मैं इट डजेंट बॉदर मी, मैं तो यह भी नहीं पता सी कि बसा के उपर मेरी तस्वीर है कोई, आई डोंट ये तो छोटिया चीज़ा होंगे, दे आर नॉट इंपोर्टेंट। कैप्टन साहब तुहाडी सरकार सी काफ़ी वड्डे मुद्दे चर्चा च रहे, बेअदबी का मामला, बरगाड़ी, बैबुल कला गोलीकांड, की कारण रहा कि ये हल नहीं हो सके तुहाडे अपने जिहड़े? क्योंकि हिंदुस्तान का कानून ही यही जा, अनफॉर्चुनेट गल है, सारा थोड़ा कोट कपूरा, बैबल कला, बरगाड़ी, जवार के सब कुछ, सारी SITs लगिया ने, अज 19 पुलिस वाले तो असी अंदर कर दिता सी, हुण कोर्ट के निकले हुए ने बेल के उपर, प्राइवेट बंदे 24 बंदे असी फड़े हुए से वह भी बेल के उपर आए हैं, हुण अगर कानून इन्हों छड़ दिंदा तो मैं की कर सकदा, मैं जाके फड़ता नहीं सकता, ये रोज़ इन्हां दी ये हुंदी सी मंग कि फड़ो जी उत्थे जाके बादलां नू, फड़ो जी जाके मजीठे नू, तो हुण फड़ लैन, जांदे क्यों ने हुण फड़न नू? तुहाडे ते हमेशा दोष लगते रहे हैं, तुहाडे अपने भी ते विरोधी भी, कि बादल परिवार नाल रले होए ने, ये कित्थे सच्चाई है, की परदे दे पिछे? मैं तो कहना है कि अगर थोड़े कोल बादल दी सरकार, मैं सुखबीर बादल नू मैं 10 साल 4.5 साल एक बार भी मिले, एक बार भी टेलीफोन की गल हुई है मेरी, होम मिनिस्टर में मिले कई बार, प्राइम मिनिस्टर में मैंने कई बार, दिल्ली के जोड़े मिनिस्टर्स होर ने, हेल्थ मिनिस्टर है, फूड मिनिस्टर है, एग्रीकल्चर मिनिस्टर है, इंडस्ट्रीज मिनिस्टर है, सारे में मिले हैं, अदरवाइज मेरा पंजाब कैसे चलूगा? भी मुद्दा बनाया गया तो सियासी पार्टियां वालों के, वो तो जो मर्जी, अरे भाई उन्होंने कहो हूँ जान, हूँ 42,000 करोड़ चाहिए सानू कणक झोने वास्ते लिया, या अपने अपने कढ़न अपने जेबा चो कढ़न और दो पंजाब नू, या जाओ दिल्ली, अगर दिल्ली नहीं जाना फिर तुम्हें 42,000 करोड़ नहीं मिलना, फिर करो फिर जो मर्जी करो। तुसी जो इस्तीफा दिता नवजोत सिंह सिद्धू के खिलाफ तिखे हमले किए, एक बयान भी दिता पाकिस्तान नाल संबंध होने बारे, उस तो तुरंत बाद उन्होंने जो एडवाइजर ने मुहम्मद मुस्तफा, उन्होंने कहा कि जे कैप्टन अमरिंदर सिंह का हुण बयान आया नवजोत सिंह सिद्धू की देशभगती ते सवाल उठाए तो मैं 500 पन्नों की किताब खोल के बैठ जाऊँगा, ऐसा की है उस किताब? मिस्टर सिद्धू के बारे कोई गल नहीं करनी, ना सिद्धू ने की ना मुस्तफा, आई एम नॉट इंटरेस्टेड मुस्तफा, मुस्तफा जो मर्जी करे, आई एम नॉट बॉदर्ड अबाउट हिम, मैनू तुसी रखो एट द लेवल ऑफ पंजाब एंड द नेशन, ये इंटरेस्टेड है किसी, हुण मैं छोटे छोटे बंदे दे हुण जवाब दे जाऊँगा इन्हां नू, आई एम इंटरेस्टेड कि सिक्योरिटी ऑफ पंजाब, डिवेलपमेंट ऑफ पंजाब, सिक्योरिटी ऑफ इंडिया, मेरे इत्थे जिहड़े रोज़ आ रहे ने थोड़े, आ रहे ने थोड़े वैपन्स किस पास आ रहे हैं दसो मैं, वाया दे कमी है, आ थोड़ा ड्रोन घन आया वे तो पैकेज, और ये पैकेज का तुम एनी आइडिया थोड़ा पैकेज की आ रहा है, हमने वैपन का कमी किस वास्ते आ रहे हैं, मैं ये पूछो सी
ਹੂ ਇਜ਼ ਬ੍ਰਿੰਗਿੰਗ ਦੀਸ ਵੈਪਨ, ਵਾਈ ਆਰ ਦੇ ਕਮਿੰਗ, ਵਾਟ ਆਰ ਦੇ ਕਮਿੰਗ ਫੋਰ, ਇਹ ਕਿਸ ਵਾਸਤੇ ਆ ਰਹੇ ਨੇ ਉਰੇ, ਇਹ ਇਹ ਕਿੱਥੋਂ ਆ ਰਹੇ, ਐਂਡ ਇਹਨਾਂ ਦਾ ਕੰਮ ਕੀ ਹੈ, ਇਹਨਾਂ ਨੇ ਵਾਟ ਇਜ਼ ਦਾ ਪਰਪਸ ਆਫ ਬ੍ਰਿੰਗਿੰਗ ਦਮ, ਜਦ ਤੁਸੀਂ ਕੋਈ ਲਿਆਉਂਦੇ ਹੋ ਕੋਈ ਕਾਰਨ ਹੁੰਦਾ ਹੈ, ਕੀ ਕਾਰਨ ਹੈ, ਕੌਣ ਇਹਨਾਂ ਨੂੰ ਰੱਖ ਰਿਹਾ, ਇਹ ਤਾਂ ਜਿਹੜੇ ਫੜ ਲਏ ਅਸੀਂ, ਜਿਹੜੇ ਨਹੀਂ ਫੜੇ ਉਹ ਕਿੱਥੇ ਗਏ ਨੇ, ਕਿਹਦੇ ਹੱਥਾਂ 'ਚ ਨੇ ਇਸ ਵੇਲੇ, ਇਹ ਗੱਲਾਂ ਆਪਾਂ ਨੂੰ ਦੇਖਣੀਆਂ ਚਾਹੀਦੀਆਂ. ਦਿਸ ਇਜ਼ ਅ ਨਿਊ ਟਾਈਪ ਆਫ ਸਵਿਚ ਜਿਹੜਾ ਇਹਨਾਂ ਨੇ ਬਣਾਇਆ ਇਨ ਦਿਸ, ਇਹ ਜਿਹੜੇ ਬੱਚਿਆਂ ਦੇ ਉਹਦੇ ਵਿੱਚ. ਸੋ ਇਹ ਜਿਹੜੀਆਂ ਇਹ ਗੱਲਾਂ ਨੇ ਨਾ, ਲੈਟਸ ਟਾਕ ਅਬਾਊਟ ਦਿਸ. ਸਿਕਿਉਰਿਟੀ ਆਫ ਮਾਈ ਕੰਟਰੀ, ਸਿਕਿਉਰਿਟੀ ਮਾਈ ਕੰਟਰੀ ਮੀਨਸ ਮਿਸਟਰ ਸਿੱਧੂ, ਜੋ ਬਾਜਵਾ, ਜਨਰਲ ਬਾਜਵਾ ਦਾ ਦੋਸਤ ਹੈ ਔਰ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦਾ ਦੋਸਤ ਹੈ, ਕੈਨ ਯੂ ਬੀ ਕੈਨ ਵੀ ਫੀਲ ਸਿਕਿਓਰ ਇਨ ਹਿਸ ਹੈਂਡਸ? ਜਿੱਥੇ ਤਾਈਂ ਪ੍ਰਤਾਪ ਇੱਥੇ ਹੈ, ਇੱਕ ਮਿਨਿਸਟਰੀ ਨਹੀਂ ਚਲਾ ਸਕਿਆ, ਆਈ ਟੂ ਰਿਮੂਵ ਹਿਮ, ਇਕੱਲਾ ਮਿਨਿਸਟਰ ਹੈ ਜਿਹੜਾ ਮੈਂ ਰਿਮੂਵ ਕੀਤਾ ਆਪਣੇ ਕੈਬਨਿਟ 'ਚੋਂ, ਸਾਰਾ ਪੰਜਾਬ ਚਲਾ ਲੂਗਾ? ਇਸੇ ਦੌਰਾਨ ਹਰੀਸ਼ ਰਾਵਤ ਉਹਨਾਂ ਦਾ ਬਿਆਨ ਆਉਂਦਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਮੁੱਖ ਮੰਤਰੀ ਦਾ ਚਿਹਰਾ ਨਵਜੋਤ ਸਿੱਧੂ ਹੋਣਗੇ. ਸੁਨੀਲ ਜਾਖੜ ਵੀ ਇਹਦੇ 'ਤੇ ਖਫਾ ਹੋ ਗਏ, ਤੁਹਾਡਾ ਇਹਦੇ 'ਚ? ਨਹੀਂ ਨਹੀਂ, ਮੇਰਾ ਮੈਂ ਤੁਹਾਨੂੰ ਦੱਸਤਾ ਕਿ ਹੁਣ ਬਣਾਓ ਨਾ ਚਿਹਰਾ, ਅਤੇ ਅਮਰਿੰਦਰ ਸਿੰਘ ਨੂੰ ਓਪਨਲੀ ਅਪੋਜ਼ ਕਰੂੰਗਾ. ਤੁਸੀਂ ਖੁਦ ਮੈਦਾਨ 'ਚ ਉਤਰੋਗੇ? ਤੁਸੀਂ ਖੁਦ ਮੈਦਾਨ 'ਚ ਉਤਰੋਗੇ? ਨਹੀਂ ਨਹੀਂ, ਐਂ ਨਹੀਂ, ਮੈਂ ਇਹਦੇ ਖਿਲਾਫ਼ ਲੜਨਾ, ਬਾਂਦਰ ਜੇ ਦੇ ਸਾਹਮਣੇ ਕੌਣ ਉੱਥੇ ਜਾ ਕੇ ਮੈਂ ਉਹਦੇ ਨਾਲ ਲੜਾਈ ਲੈਣੀ ਹੈ, ਬਟ ਆਈ ਵਿਲ ਔਰਗਨਾਈਜ਼, ਉਹਦੇ ਖਿਲਾਫ਼ ਜਾਵਾਂਗੇ ਅਸੀਂ, ਹੁਣ ਉਹਨੂੰ ਜਿੱਤ ਨਹੀਂ ਦੇਣਾ ਅਸੀਂ. ਪੰਜਾਬ ਕਾਂਗਰਸ ਦਾ ਕਲੇਸ਼ ਚੱਲਦਾ ਰਿਹਾ, ਮੁੱਖ ਮੰਤਰੀ ਵੀ ਬਦਲਿਆ, ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ, ਪਰ ਇਹ ਕਲੇਸ਼ ਅਜੇ ਉੱਥੇ ਦਾ ਉੱਥੇ ਆ, ਹੁਣ 3-4 ਧੜਿਆਂ 'ਚ ਫਿਰ ਵੰਡੀ ਗਈ ਹੈ. 3, ਤੁਸੀਂ ਦੇਖਣਾ, ਪਹਿਲਾਂ 2 ਧੜੇ ਸੀ ਨਾ, ਇੱਕ ਮੇਰਾ ਤੁਸੀਂ ਕਹਿੰਦੇ ਸੀ ਅਖਬਾਰ ਵਾਲੇ, ਔਰ ਇੱਕ ਉਹਨਾਂ ਦਾ, ਹੁਣ 6 ਧੜੇ ਹੋ ਜਾਣੇ ਨੇ ਤੁਹਾਡੇ ਪੰਜਾਬ 'ਚ ਕਾਂਗਰਸ ਪਾਰਟੀ 'ਚ. ਦੇਖ ਲੈਣ, ਇਹ ਦਿੱਲੀ ਦਾ ਫੈਸਲਾ ਹੈ, ਉਹ ਆਪੇ ਸਮਝਾਉਣਗੇ. 3 ਮਹੀਨੇ ਰਹਿ ਗਏ, ਕਿਸ ਤਰ੍ਹਾਂ ਦੇਖਦੇ ਹੋ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ, ਬੀਜੇਪੀ, ਕੀ ਸਥਿਤੀ ਰਹੇਗੀ? ਪਤਾ, ਮੈਂ ਤਾਂ ਤੁਹਾਨੂੰ ਦੱਸੂਗਾ ਮੇਰਾ ਪ੍ਰੋਗਰਾਮ ਜੋ ਹੋਇਆ, ਮੈਂ ਦੱਸੂਗਾ ਤੁਹਾਨੂੰ 2-3 ਹਫ਼ਤਿਆਂ ਤੋਂ ਬਾਅਦ, ਔਰ ਜੋ ਸਾਰੇ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਜੋ ਕਰਾਂਗੇ ਅਸੀਂ ਕਰਾਂਗੇ, ਔਰ ਦੱਬ ਕੇ ਅਸੀਂ ਲੜਾਂਗੇ ਇਲੈਕਸ਼ਨ. ਅਗਲੇ ਨੂੰ ਬਣਾਇਆ ਚਿਹਰਾ. ਕੈਪਟਨ ਸਾਹਿਬ, ਚਰਨਜੀਤ ਸਿੰਘ ਚੰਨੀ ਦੀ ਨਿਯੁਕਤੀ ਦੇ ਨਾਲ ਇੱਕ ਨਵੀਂ ਚਰਚਾ ਸ਼ੁਰੂ ਹੋ ਗਈ ਕਿ ਜਾਤ ਪਾਤ ਨੂੰ, ਧਰਮ ਨੂੰ ਆਧਾਰ ਬਣਾ ਕੇ ਨਿਯੁਕਤੀ ਕੀਤੀ ਗਈ ਚਾਹੀਦਾ ਸੀ. ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਸਾਡਾ ਧਰਮ ਸਾਨੂੰ ਕਦੇ ਜਾਤ ਪਾਤ 'ਚ ਨਹੀਂ ਲਿਆਉਂਦਾ. ਲੰਗਰ ਦੀ ਮਰਿਆਦਾ, ਹੋਰ ਮਰਿਆਦਾ ਕੀ ਹੈ, ਉਹਦਾ ਮਤਲਬ ਇਹ ਹੈ ਕਿ ਚਾਹੇ ਤੁਸੀਂ ਕਿਸੇ ਜਾਤ ਪਾਤ 'ਤੇ ਹੋ, ਤੁਸੀਂ ਉੱਥੇ ਇਕੱਠੇ ਬਹਿ ਕੇ ਰੋਟੀ ਖਾਓ, ਅਤੇ ਪਹਿਲਾਂ ਕਿਸੇ ਨੂੰ ਰੋਟੀ ਵੀ ਨਹੀਂ ਖਵਾਉਂਦੇ ਸੀ ਇਕੱਠੇ ਬਿਠਾ ਕੇ. ਦੈਟ ਵਾਜ਼ ਆਰ ਸਿਸਟਮ, ਇਹ ਗੁਰੂਆਂ ਨੇ ਸਾਨੂੰ ਇਹ ਸਿਖਾਇਆ, ਪਰ ਕੋਈ ਇੱਥੇ ਕੋਈ ਸੁਣਦਾ ਕੋਈ ਇਸ ਨੂੰ? ਲੇਕਿਨ ਪੰਜਾਬ ਇਜ਼ ਬੈਟਰ ਦੈਨ ਦ ਰੈਸਟ ਆਫ ਦੀ ਕੰਟਰੀ. ਬਾਕੀ ਮੁਲਕ ਦੇ ਵਿੱਚ ਤਾਂ ਬਹੁਤ ਬੁਰਾ ਹਾਲ ਹੈ, ਬਿਹਾਰ ਜਾਓ ਤੁਸੀਂ, ਜਾਂ ਮੱਧ ਪ੍ਰਦੇਸ਼ ਜਾਓ, ਜਾਂ ਯੂਪੀ ਜਾਓ, ਇਹਨਾਂ ਹੋਰ, ਉੱਥੇ ਤਾਂ ਹਾਲ ਇਹ ਵੀ ਕਹਿੰਦੇ ਨੇ ਕਿ ਤੂੰ ਪਾਣੀ ਪੀਣਾ ਨਾ ਆਪਣੇ ਖੂਹ 'ਚ ਜਾ ਕੇ ਪੀ, ਇੱਥੇ ਨਹੀਂ ਤੂੰ ਪੀ ਸਕਦਾ, ਇੱਥੇ ਨਹੀਂ ਹੈ ਇਹ ਕੰਮ, ਔਰ ਹੋਣਾ ਵੀ ਨਹੀਂ ਚਾਹੀਦਾ, ਔਰ ਕਾਂਗਰਸ ਪਾਰਟੀ 'ਚ ਖਾਸ ਕਰਕੇ ਨਹੀਂ ਹੋਣਾ ਚਾਹੀਦਾ. ਵੀ ਬਿਲੀਵ ਇਨ ਆਲ ਰਿਲੀਜਨ ਐਂਡ ਆਲ ਕਾਸਟ. ਇਹ ਕਾਂਗਰਸ ਵੱਲੋਂ ਇਸ ਕਰਕੇ ਕੀਤਾ ਗਿਆ ਕਿ ਅਕਾਲੀ ਨਹੀਂ, ਭਾਜਪਾ ਵੱਲੋਂ ਕਿਹਾ ਗਿਆ ਸੀ ਉਪ ਮੁੱਖ ਮੰਤਰੀ ਬਣਾਵਾਂਗੇ? ਨਹੀਂ, ਬਿਲਕੁਲ ਮਜਬੂਰੀ ਦੇ ਵਿੱਚ ਕੈਂਡੀਡੇਟ ਬੜੇ ਬਣ ਗਏ, ਸੁੱਖੀ ਰੰਧਾਵਾ ਬਣ ਗਿਆ, ਮੇਰਾ ਖਿਆਲ ਹੋਰ ਕੌਣ ਬਣੇ ਸੀ, ਸਾਰੇ ਬਣ ਗਏ ਸੀ. ਸੁਨੀਲ ਜਾਖੜ, ਅੰਬਿਕਾ ਸੋਨੀ? ਨਹੀਂ ਨਹੀਂ, ਸੁਨੀਲ ਜਾਖੜ ਇਜ਼ ਅ ਗੁੱਡ ਮੈਨ. ਅਗਰ ਸੁਨੀਲ ਜਾਖੜ ਕੈਂਡੀਡੇਟ ਹੁੰਦਾ ਮੈਂ ਉਹਨੂੰ ਸਪੋਰਟ ਕਰਦਾ. ਪਹਿਲਾਂ ਉਹਨਾਂ ਦੇ ਨਾਮ ਚਰਚਾ ਵਿੱਚ ਸੀ, ਅੰਬਿਕਾ ਸੋਨੀ ਆਈ ਵੁਡ ਹੈਵ ਸਪੋਰਟਡ. ਓਕੇ, ਉਹਨਾਂ ਦੋਨਾਂ ਨੂੰ ਮੈਂ ਸਪੋਰਟ ਕਰਦਾ ਸੀ. ਵਾਈ 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 ਕਾਂਟ ਦੇ ਬਿਕਮ ਅ ਸ਼ੀ ਇਜ਼ ਸੱਚ ਅ ਐਕਸਪੀਰੀਅੰਸਡ ਵੂਮਨ. ਉਹ ਮੇਰੇ, ਉਹ ਤੁਹਾਨੂੰ ਪਤਾ ਮੈਂ ਜਦ ਕਾਂਗਰਸ 'ਚ ਆਇਆ ਸੀ ਕੌਣ ਮੈਨੂੰ ਲੈ ਕੇ ਆਇਆ ਸੀ? ਅੰਬਿਕਾ ਸੋਨੀ. ਓਕੇ, ਇਨ 19 ਇਹ ਕਦੋਂ ਦੀ ਗੱਲ ਹੈ, ਹੁਣ 1977 ਦੀ ਇਲੈਕਸ਼ਨ ਮੈਂ ਲੜੀ ਹੈ, ਇਹ 1969-70 ਦੇ ਕਰੀਬ ਦੀ ਗੱਲ ਹੈ. ਉਦੋਂ ਯੂਥ ਕਾਂਗਰਸ ਦੀ ਪ੍ਰੈਜ਼ੀਡੈਂਟ ਹੁੰਦੀ ਸੀ, ਐਂਡ ਸੁਨੀਲ ਜਾਖੜ ਜੀ ਮੇਰੇ 4.5 ਸਾਲ ਮੇਰੇ ਨਾਲ ਰਹੇ ਨੇ, ਮੇਰੇ ਸਾਥੀ. ਆਈ ਵਾਜ਼ ਵੈਰੀ ਹੈਪੀਲੀ ਜਦੋਂ ਅਸੀਂ ਉਹਨਾਂ ਦੀ ਇਲੈਕਸ਼ਨ ਵਿੱਚ ਵੀ ਮੈਂ ਗਿਆ ਸੀ, ਔਰ ਉਹ ਜਿੱਤੇ ਸੀ ਗੁਰਦਾਸਪੁਰ, ਔਰ ਅਗਰ ਉਹ ਬਣ ਜਾਂਦੇ ਬਹੁਤ ਖੁਸ਼ ਉਹਨਾਂ ਦੇ ਨਾਲ. ਸੈਂਸੀਬਲ ਪੀਪਲ, ਯੂ ਨੀਡ ਸੈਂਸੀਬਲ ਪੀਪਲ, ਯੂ ਡੋਂਟ ਨੀਡ ਡਰਾਮੇਬਾਜ਼ ਜਿਹੜੇ ਕੁਰਸੀ 'ਚ ਬਹਿ ਕੇ ਹੱਸੀ ਜਾਏ ਔਰ ਕਹਿੰਦੇ ਬੜਾ ਵੱਡਾ ਐਕਟਰ ਹੈ ਜੀ. ਇਜ਼ ਦੈਟ ਵੇ ਟੂ ਰਨ ਪੰਜਾਬ, ਹੱਸਣ ਨਾਲ? ਮੁੱਖ ਮੰਤਰੀ ਰਹਿੰਦਿਆਂ ਇੱਕ ਹੋਰ ਵੀ ਚਰਚਾ ਰਹੀ ਕਿ ਪੰਜਾਬ ਸਰਕਾਰ 'ਤੇ ਅਫਸਰਸ਼ਾਹੀ ਭਾਰੂ ਹੈ, ਉਹਨੂੰ ਕਾਬੂ ਕੀਤਾ ਜਾ ਸਕਦਾ ਸੀ? ਅਫਸਰਾਂ ਨੂੰ ਕੱਢ ਦਿਓ, ਸਾਰਿਆਂ ਨੂੰ ਕੱਢ ਕੇ ਅਫਸਰ ਚਲਾ ਲਿਆ. ਨਹੀਂ, ਜਿਸ ਤਰ੍ਹਾਂ ਨੌਕਰੀਆਂ ਦੀ ਗੱਲ ਆਈ, ਇਹ ਵੀ ਚਰਚਾ ਰਹੀ ਕਿ ਕੈਬਨਿਟ ਦੇ ਵਿੱਚ ਮੰਤਰੀਆਂ ਨੂੰ ਜਾਂ ਵਿਧਾਇਕਾਂ ਦੇ ਰਿਸ਼ਤੇਦਾਰਾਂ ਨੂੰ ਨੌਕਰੀ ਵੰਡੀ ਗਈ, ਰਿਟਾਇਰਡ ਅਫਸਰਾਂ ਨੂੰ ਲਾ ਦਿੱਤਾ ਗਿਆ? ਵਨ ਮਿੰਟ, ਬਿਲਕੁਲ ਗਲਤ ਬਾਤ ਹੈ. ਪਹਿਲੀ ਅਸੀਂ ਤੁਸੀਂ ਕੀਤੀ ਹੈ, ਪ੍ਰਤਾਪ ਬਾਜਵਾ ਫਤਿਹ ਬਾਹਰ ਖੜ੍ਹਾ, ਫਤਿਹ ਦੇ ਮੁੰਡੇ ਨੂੰ ਮੈਂ ਦਿੱਤੀ, ਇਹਨਾਂ ਦੇ ਫਾਦਰ ਦਾ ਕਤਲ ਹੋਇਆ ਸੀ, ਟੈਰਰਿਸਟਾਂ ਨੇ ਮਾਰਿਆ ਸੀ. ਫਿਰ ਪਾਂਡੇ ਸਾਹਿਬ
जोगिंद्रपाल पांडे नू मारिया सी उन्होंने ग्रैंडसन नू भी दित्ती क्योंकि सन नहीं चाहते से और थर्ड हुन इस तो पहला शायद गुरकीरत कोटली उन्होंने परिवार चो उन्होंने परिवार क्यों ना मैं देवा जब साढ़े चीफ मिनिस्टर तुम उड़ उड़ाता एक इन्ना भी नहीं टुकड़ा मिले कित सन ग्रैंड सन आई कैन नॉट गिव अ जॉब टू मैं क्यों नहीं दे सकता उन्होंने जॉब और एक मैं होर दी हूँ आई डोंट नो हू आई गिव इट टू कांगड़ का जरा सन इन लॉ और फादर ने सानू ये सिद्धू फड़वाया जरा यूपीएससी पीपीएससी का चेयरमैन से और वो की नाम से सिद्धू फिर जेल जाके आया रिश्वत लेंदे हुए इन्हें इहदे बाप ने फड़ाया सी एंड दफ्तर च मरिया क्योंकि पिछली गवर्नमेंट उहदे मगर हो गई पै गई सी दफ्तर बैठा बैठा हार्ट अटैक होकर मर गया ही डाइड इन हार्नेस अगर उन्होंने नहीं दे सकते असं जिहड़ा फौजी कोई शहीद हुंदा है या कोई होर हुंदा है या हुण किसान उत्थे आ रहे ने कोई कोई मर जांदा है उन्हां नूं असीं 5 लाख दे रहे हैं उन्हां नूं नौकरी दे रहे हैं इन्हां नूं असीं कुछ नहीं दे सकते वट इज़ द लॉजिक इन दिस दिस इज़ इलॉजिकल जो तुहाडे खिलाफ एक मुहिम शुरू हुई तो अपनी पार्टी के सियासी विरोधियों ने कहा कि जिहड़ा वर्कर आ मायूस है मिलते नहीं कैप्टन साहब विधायकों नहीं मिलते ये मैं 52 साल तो देख रहा 52 साल हो गए मैं सियासत ये कैसे हो सकता है फिर 52 साल तो मैं यही गल सुना और दो बार पार्लीमेंट जितना एक बार मैं उत्थे भी हराता जेटली भी हराता और 7 बार मैं असैम्बली आ गया फिर मैं क्यों पाते ने वोट बई ये तो तुम अपने अपने आप को पुछो कहना तो बड़ा आसान होंगे पुछ लो फिर मैं क्यों जितना रहा तो की लगता चन्नी साहब सीएम बन गए वर्कर खुश हो जाएंगे सरकार चलेगी आई होप ही सेंसिबल आदमी है आई होप ही विल बी एबल टू हैंडल इट ए मैं कोई 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 डाउट नहीं कि एक्सपीरियंस लड़का इनू लैके आया सी मैं जित असी जिताया सी इतो चमकौर साहब तो जो मैं पीसीसी का प्रधान ना मैं चीफ मिनिस्टर से शायद सीएमसी उदो उन्होंने असी जिता के लिया से फिर पार्टी शामिल किया पहला पीपीपी रहा पीपी तो पहला मेरा ख्याल शायद अकाली दल से इंडिपेंडेंट अकाली दल शामिल अकाली बस उन्होंने तो आया बट दैट डजंट मैटर बट आ कितों आया है ये सिद्धू ये 3 बार तो उतों एम पी रहा है उधरों उन्होंने कटता उन्होंने लड़ाई होगी उस तो पहला उस तो बाद अकालिया नाल लड़ाई होगी मजिठे नाल होगी बादलों नाल होगी ये तो किसी नाल भी बना के रख सकता मेरे मैं तो 7 महीने मेरे नाल ही लड़िया 7वें महीने लड़ पाया तो ठीक है कोई गल इन्हां नाल भी लड़ पूगा हुण कुछ नहीं उहदे कोई दम नहीं है इस बंदे नवजोत सिद्धू के खिलाफ तो सोनिया गांधी जी के खिलाफ टिप्पणियां कीतियां नवजोत सिद्धू ने राहुल गांधी के खिलाफ कीती बावजूद हाईकमान वालों संभाल दिता गया इहदे पिछे राज की है मैनू नहीं पता वो की कारण है कि तुसी पता करो तुसी जर्नलिस्ट हो कि की कारण है कि क्यों गल बनी पर मैं तुहानू दसदा कि जिहड़ा बंदा डॉक्टर मनमोहन सिंह नू पता नहीं की कहिंदा सी फिर सोनिया जी नू गाला कढ़दा सी फिर राहुल जी नू प्रियंका जी नू कढ़दा सी पता नहीं मुन्नी कहिंदा सी पता नहीं की कहिंदा सी अजिहियां गल्लां करी जांदा सी क्यों भुल जाते हैं मैं तो नहीं भुलता राहुल गांधी उन्हों का पप्पू नाम जो पप्पू इन दिता डॉक्टर साहब को पता नहीं की कहना सी डॉक्टर ना सरदार ना सरदार ना सरदार तो बावजूद सारी कमान संभाल दी गई हूँ भी कितने ना कि मैं हैरानी है कि मैं इस काम का मैं समझ नहीं आती कि क्यों इन बनाया आई कॉन्ट अंडरस्टैंड ਤੁਹਾਡੀ ਸੋਨੀਆ ਜੀ ਨਾਲ ਕੋਈ ਇਸ ਬਾਰੇ ਗੱਲ ਹੋਈ ਅਸਤੀਫਾ ਦੇਣ ਤੋਂ ਬਾਅਦ ਨਹੀਂ ਮੈਂ ਤੁਹਾਨੂੰ ਇੱਕ ਦੱਸ ਦਿੰਦਾ ਗੱਲ 3 ਹਫ਼ਤੇ ਇਸ ਇਸ਼ੂ ਅਸਤੀਫੇ ਤੋਂ ਪਹਿਲਾਂ ਮੈਂ ਦਿੱਲੀ ਗਿਆ ਆਈ ਡੋਂਟ ਰਿਮੈਂਬਰ ਦ ਡੇਟ ਐਮ ਪੀ ਦੇ ਕੋਲ ਚੈੱਕ ਕਰੇਗਾ ਮੈਂ ਉੱਥੇ ਜਾ ਕੇ ਸੋਨੀਆ ਜੀ ਨੇ ਮੈਨੂੰ ਟਾਈਮ ਦਿੱਤਾ ਹਰੀਸ਼ ਰਾਵਤ ਸੋਨੀਆ ਜੀ ਔਰ ਮੈਂ ਸਾਡੀ ਮੁਲਾਕਾਤ ਹੋਈ ਔਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕਿਹਾ ਮੈਮ ਆਈ ਵਾਂਟ ਟੂ टेल यू समथिंग शी सेज़ की मैं क्या मैंने इस नौकरी तो रिलीव करो गिव समबडी एल्स इज जॉब आई कॉन्ट फंक्शन सो कहने क्यों मैं क्या बिकॉज ए मेरा प्रेजिडेंट डेली मैं गाला कटता है डेली मैं करता है ट्वीट मेरे खिलाफ डेली किस ना कुछ प्रेस करता है थोड़े बाइट्स देता है मेरे खिलाफ इस तरीके इधर जा रहा मैं इधर जा रहा पार्टी आप पार्ट के छड़ देंगे एंड देयरफॉर अगर वो थोनू इना ਉਹਨੂੰ ਰੱਖਣਾ ਹੈ ਤੁਸੀਂ ਸਮਝਦੇ ਹੋ ਕਿ ਬੜਾ ਮਹਾਂ ਕਾਰੀਗਰ ਹੈ ਕੁਛ ਕਰਨ ਵਾਸਤੇ ਪੋਲੀਟੀਕਲ ਰੱਖੋ ਮੈਨੂੰ ਜਾਣ ਦਿਓ ਸ਼ੀ ਸੈਡ ਨੋ ਆਈ ਡੋਂਟ ਵਾਂਟ ਯੂ ਟੂ ਗੋ ਯੂ ਮਸਟ ਸਟੇ ਅੱਛਾ ਆਲ ਰਾਈਟ ਆਈ ਵਿਲ ਸਟੇ ਬਟ ਯੂ ਕੀਪ ਹਿਮ ਅੰਡਰ ਕੰਟਰੋਲ
उन्होंने दो चार दिन तक इन डांटिया डूटिया ट्वीट वार्स बंद हो गई खत्म हो गया। तो जदों आ हूँ परसों चौथे मैनू मैनू तो पता ही नहीं कि सी एल पी की मीटिंग है। आई एम सी एल पी लीडर मैनू नहीं कहा कि तुम मीटिंग कॉल करो। मैनू तो 8 बजे मनीष तिवाड़ी जी का टैलीफोन आया कि आयू की हो रहा मीटिंग तुम आ रहे हो। मैं कहड़ी मीटिंग कहते पी सी सी मीटिंग एट 5 o'clock कैसे वॉट फॉर कहते मैं पता नहीं। फिर 10 बजे सोनिया जी का टैलीफोन आया मैं पता नहीं कितने से जो मैं बाद देखा कि मिस्ड कॉल मैं उन्होंने रिंग किया मैं मैम दसो तो रिंग किया श्री श्री एस अमरिंदर श्री अमरिंदर आई थिंक यू शुड रिजाइन राइट आई रिजाइन टूडे नो प्रॉब्लम। सो शी सेड आई एम वेरी सॉरी अमरिंदर आई सेड डोंट वरी मैम डोंट यू डोंट हैव टू बी सॉरी यू वांट मी टू रिजाइन आई रिजाइन। और मैं रिजाइन करके अपना गवर्नर नूं दिया। मैनू दुख इस गल दा कि जेड़े परिवार नूं मैं जानदा हाँ फ्रॉम 1954 राहुल जी दे फादर राजीव जी मेरे नाल एक साल मैं तो छोटे से स्कूल असि मैं 1954 का मतलब 70 साल हो गए कर 54 का जानदा है। इन्ना साडा परिवारिक सांझ है इन्ना प्यार है साढ़े से तुम मैं कह दें दे कि तुम रेजिग्नेशन कर दो मैं भेज देना सी आ ड्रामा करने की लोड़ सी पीसीसी नूं सदो जी फलाना करो जी क्या करो जी रफड़ पाओ जी उत्थे क्या लोड़ सी जी दैट इज़ वाई आई एम हर्ट एंड तुम मैं प्रेस वाले पुछते ह्यूमिलेट क्यों है दिस इज़ द ह्यूमिलेशन ये है कारण। तुम अस्तीफा दिता तुहाडे बेटे रणिंदर सिंह उन्हां दा बयान आउंदा कि स्टेट दीआं झांजरां पैरां चों निकल चुकियां मेरे पिता हुण नवीं शुरुआत करनगे पंजाब अते देश तुहाडे वल देख रहा। मैं तुहानूं आप कह रहा कि मैं नवां कुछ करूँगा पर मैं टाइम सिर एक ओवरनाइट नहीं गल हो सकती ये 2-3 महीने 2-3 हफ्ते लगन दो हाले तो कुछ भी नहीं पता कि कौन कैबिनेट चाहता है कौन नहीं आता की कैबिनेट चाहती है क्या प्रोग्राम है कुछ नहीं पता हाल तो तीन ही गेड़ा मारी जाते दोनों और वो बेचारे अपने चनी नू कमी नहीं करन देंदा ये बैठा रहता जैसे कोई मुर्गी बड़ी होंगी और नीचे चूचे जे भजे फिरते हैं दिस इज वॉट इज द सिस्टम दैट्स गोइंग ऑन। अज अमृतसर च इंप्रूवमेंट ट्रस्ट का चेयरमैन बदलिया गया तो ऑर्डर देख के जिस तरह हैरानी इंप्रूवमेंट ट्रस्ट अमृतसर चन्नी साहब देख रहे कि ऑर्डर है कि है तीन बार देखा शायद उन्होंने पता नहीं मैंने दसो तुम अपनी पार्टी को जोड़ना या तोड़ना है ग्रुपां च वंडना है अगर ये अपना लड़का जरा इंप्रूवमेंट बसी काम कर रहा है अच्छा तो क्यों ना बिकॉज ही इज़ क्लोज टू सुखजिंदर रंधावा तो तुम ना दो मैनू भी पता सी सुखजिंदर रंधावा ने नज़दीक है जब उन्होंने मैंने क्या बनाना मैं क्या बना लो अपने अपने सारे बंदे पार्टी जोड़ने ने यह तोड़न लग्या हुआ है हूँ जरा करवा का मतलब की बसी 3 महीने रह गए ने थोड़ी इलेक्शन वास्ते की करोगे बसी तोड़ के उतो वॉट हैव यू गेंड कितने होर भी बदलते होने मैं नहीं पता चेंज बटाला बदलना होर भी बदल देंगे वॉट आर यू गोइंग टू गेन तो तोड़ के छोड़ोगे पंजाब नूं पार्टी नूं तोड़ के छोड़ोगे। कैप्टन अमरिंदर सिंह उन्होंने गल की उन्होंने कहा कि 2-3 हफ्तों के अपने समर्थकों नाल पुराने दोस्तों के नाल गलबात करके अगली रूपरेखा तैयार करांगे उदों तक लई धन्नवाद इंतजार रहेगा कि कैप्टन फिर दोबारा अपनी पिच ते उतरनगे। देश दुनिया दीआं ताज़ा खबरां दे लई हुणे प्ले स्टोर तों डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक दे उत्ते हुणे लाइक ते फॉलो करो अजीत दा ऑफिशियल पेज डेली अजीत ते हां नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।